ਪੰਜਾਬ 'ਚ ਆਉਂਦੇ ਦੋ ਦਿਨਾਂ ਯਾਨੀ 24 ਅਤੇ 26 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ ਇਸ ਪਾਸੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਕਿਸਾਨਾਂ ਦੀ ਫਸਲ ਲਈ ਵੀ ਇਹ ਮੀਂਹ ਲਾਹੇਵੰਦ ਹੋਵੇਗਾ। ਪਰ ਪੰਜਾਬ 'ਚ ਕਈ ਸ਼ਹਿਰਾਂ 'ਚ ਜਿੱਥੇ ਅਜੇ ਤੱਕ ਪੀਣ ਦਾ ਪੁਰਾਣਾ ਪਾਣੀ ਭਰਿਆ ਹੋਇਆ ਹੈ, ਉਸ ਥਾਂ ਵੀ ਮੀਂਹ ਆਫਤ ਬਣ ਕੇ ਆਵੇਗਾ। ਇਸ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਕ ਮੌਸਮ ਵਿਗਿਆਨੀ ਨੇ ਇਹ ਜਾਣਕਾਰੀ ਦਿੱਤੀ ਹੈ। ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ 24 ਅਤੇ 26 ਜੁਲਾਈ ਤੱਕ ਭਾਰੀ ਮੀਂਹ ਪਵੇਗਾ, ਜਿਸ ਦੌਰਾਨ ਕਿਸਾਨਾਂ ਨੂੰ ਜਿੱਥੇ ਝੋਨੇ ਦੀ ਫਸਲ ਲਈ ਭਰਪੂਰ ਪਾਣੀ ਮਿਲੇਗਾ, ਉੱਥੇ ਹੀ ਪਾਰੇ 'ਚ ਵੀ ਗਿਰਾਵਟ ਆਵੇਗੀ। ਉਹਨਾਂ ਕਿਹਾ ਹੈ ਕਿ ਜੋ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਕਾਫ਼ੀ ਘੱਟ ਰਿਹਾ ਸੀ, ਉਸ ਦੀ ਭਰਪਾਈ ਜੁਲਾਈ ਦੇ ਆਖਿਰ ਤੱਕ ਹੋ ਜਾਵੇਗੀ। ਹਾਂਜੀ, ਜਿਸ ਤਰ੍ਹਾਂ ਕਿ ਮਤਲਬ ਜਿਹੜੀ ਮੌਨਸੂਨ ਹੈਗੀ ਆ ਉਹ ਦੁਬਾਰਾ ਫਿਰ ਵਾਈਵ ਹੋਣ ਦੇ ਚਾਂਸਿਸ ਨੇ, ਜਿਹਦੇ ਮੱਦੇਨਜ਼ਰ ਕਿ 24 ਤੋਂ 26 ਤਰੀਕ ਤੱਕ ਜਿਹੜੀ ਹੈ ਪੰਜਾਬ ਦੇ ਕਾਫ਼ੀ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਤਰ੍ਹਾਂ ਕਿ ਟੈਂਪਰੇਚਰਸ ਵੀ ਜਿਹੜੇ ਮੈਕਸੀਮਮ ਅਤੇ ਮਿਨੀਮਮ ਟੈਂਪਰੇਚਰਸ ਨੇ 2 ਡਿਗਰੀ ਨੋਰਮਲ ਤੋਂ ਜ਼ਿਆਦਾ ਚੱਲ ਰਹੇ ਹੈ। ਜਿਹੜੀ ਹੁਣ ਤੱਕ ਦੀ ਸਾਡੀ ਰਿਕਾਰਡ ਦੇ ਵਿੱਚ ਰੇਨਫਾਲ ਹੈਗੀ ਹੈ 148 ਮਿਲੀਮੀਟਰ ਤੱਕ ਹੋ ਗਈ ਹੋਈ ਹੈ। ਸੋ ਜਿਹੜੀ ਨੋਰਮਲ ਹੈ ਨੀਅਰ ਅਬਾਊਟ 260 ਜਿਹੜੀ ਜੁਲਾਈ ਦੀ ਬਾਰਿਸ਼ ਹੈਗੀ ਹੈ। ਸੋ ਇਸ ਵਾਰੀ ਲੱਗ ਰਿਹਾ ਕਿ ਜਿਹੜਾ ਮਤਲਬ ਜੁਲਾਈ ਦਾ ਅਸੀਂ ਵੈਟੈਸਟ ਮੰਥ ਕਹਿੰਦੇ ਹਾਂ ਕਿ ਇੰਨੀ ਜਿਹੜੀ ਬਾਰਿਸ਼ ਹੈ ਉਹ ਪੂਰੀ ਹੋ ਜਾਵੇਗੀ, ਤਾਂ ਜਿਹੜੀ ਕਿ ਸਾਡੀਆਂ ਜਿਹੜੀਆਂ ਖੇਤ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਲਈ ਕਾਫ਼ੀ ਲਾਹੇਵੰਦ। ਨੈਚੁਰਲੀ ਕਿਉਂਕਿ ਮੌਨਸੂਨ ਸੀਜ਼ਨ ਦੇ ਵਿੱਚ ਡਿਪੈਂਡ ਕਰਦਾ ਕਿ ਕਿਹੋ ਜਿਹੇ ਮਤਲਬ ਉਹਦੇ ਫੈਕਟਰਸ ਨੇ ਜਿਹੜੇ ਉਹਨੂੰ ਮੌਨਸੂਨ ਨੂੰ ਇਫੈਕਟ ਕਰਦੇ ਆ। ਸੋ ਪਹਿਲਾਂ ਜਿਹੜੀ ਇਹਦੀ ਸਪੀਡ ਕਾਫ਼ੀ ਸਲੋ ਰਹੀ ਹੈ, ਮੌਨਸੂਨ ਦਾ ਔਨਸੈਟ ਵੀ ਲੇਟ ਹੋਇਆ, ਬਟ ਉਸ ਤੋਂ ਬਾਅਦ ਕੰਡੀਸ਼ਨਸ ਕਾਫ਼ੀ ਫੇਵਰੇਬਲ ਰਹੀਆਂ, ਤਾਂ ਮਤਲਬ ਜਿਹੜੀ ਇਹਦੀ ਔਨਸੈਟ ਪੰਜਾਬ ਦੇ ਵਿੱਚ ਨੀਅਰ ਅਬਾਊਟ 5 ਤੋਂ 7 ਜੁਲਾਈ ਦੇ ਵਿੱਚ ਹੋ ਗਈ ਸੀਗੀ, ਜਿਹਨੂੰ ਕਿ ਅਸੀਂ ਨੋਰਮਲੀ ਕੰਸੀਡਰ ਕਰਦੇ ਹਾਂ। ਅਤੇ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਕਾਫ਼ੀ ਪ੍ਰੋਗਰੈਸ ਰਹੀ ਹੈ, ਮੌਨਸੂਨ ਦੀ ਅੱਛੀ ਪ੍ਰੋਗਰੈਸ ਰਹੀ ਹੈ, ਬਾਰਿਸ਼ ਵੀ ਹੁੰਦੀ ਰਹੀ ਹੈ ਪੰਜਾਬ ਦੇ ਕਾਫ਼ੀ ਇਲਾਕਿਆਂ ਦੇ ਵਿੱਚ, ਜਿਹੜਾ ਮੀਂਹ ਰਿਹਾ ਇਸ ਜੁਲਾਈ ਦੇ ਮਹੀਨੇ ਦੇ ਵਿੱਚ। ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਨਸੂਨ ਜਿਹੜੀ ਅੱਛੀ ਪ੍ਰੋਗਰੈਸ ਰਹੇਗੀ ਅਤੇ ਬਾਰਿਸ਼ ਦੀ ਸੰਭਾਵਨਾ ਰਹੇਗੀ। ਆਮ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਕੁਛ ਫਾਇਦਾ ਮਿਲਦਾ? ਇਹ ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸ ਰਹੀ ਹਾਂ ਕਿ ਝੋਨੇ ਦੀ ਫਸਲ ਲਈ ਇਹ ਬਹੁਤ ਲਾਹੇਵੰਦ ਹੈਗਾ ਜਿਹੜਾ ਵੀ ਮੀਂਹ ਪੈ ਰਿਹਾ। ਉਸ ਤੋਂ ਬਾਅਦ ਕਈ ਫਸਲਾਂ ਜਿਵੇਂ ਕਿ ਨਰਮੇ ਲਈ ਹੈ ਜਾਂ ਮੱਕੀ ਲਈ ਹੈ, ਥੋੜ੍ਹਾ ਜਿਹਾ ਮਤਲਬ ਪਾਣੀ ਖੜਾ ਨਹੀਂ ਹੋਣਾ ਚਾਹੀਦਾ, ਉਹ ਨਿਕਾਸੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਤਾਂ ਮਤਲਬ ਜਿਹੜਾ ਮੀਂਹ ਹੈ ਇਹਦਾ ਫਾਇਦਾ ਹੀ ਹੈ। ਗਰਮੀ ਤੋਂ ਵੀ ਰਾਹਤ ਮਿਲਦੀ ਹੈ ਆਮ ਲੋਕਾਂ ਨੂੰ? ਜਿਵੇਂ ਗਰਮੀ ਤੋਂ ਰਾਹਤ ਮਿਲਦੀ ਹੈ, ਮਤਲਬ ਜਿਸ ਤਰ੍ਹਾਂ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਜੂਨ ਦੇ ਵਿੱਚ, ਤਾਂ ਬਾਰਿਸ਼ ਦੇ ਨਾਲ ਮਤਲਬ ਟੈਂਪਰੇਚਰ ਫਾਲ ਹੋ ਜਾਂਦਾ। ਜਿਸ ਤਰ੍ਹਾਂ ਹੁਣ ਵੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ, ਤਾਂ ਟੈਂਪਰੇਚਰ ਘੱਟ ਜਾਏਗਾ ਜਿਹਦੇ ਨਾਲ ਗਰਮੀ ਤੋਂ ਵੀ ਰਾਹਤ ਮਿਲ ਸਕਦੀ। ਸੋ ਇਹ ਬਾਰਿਸ਼ ਕਿਤੇ ਗਰਮੀ ਘੱਟ, ਕਿਸੇ ਦੇ ਝੋਨੇ ਨੂੰ ਪਾਣੀ ਧੂੜ ਖਤਮ ਕਰਨ ਅਤੇ ਉਹਨਾਂ ਲੋਕਾਂ ਲਈ ਘਾਟੇ ਦਾ ਸੌਦਾ ਹੋਵੇਗੀ ਜੋ ਖੇਤਰ ਘੱਗਰ, ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀ ਦੀ ਮਾਰ ਹੇਠ ਨੇ। ਬਿਊਰੋ ਰਿਪੋਰਟ, ਹਕੀਕਤ ਟੀਵੀ।